ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਜ਼ਿੰਦਗੀ ਦੇ 14 ਸਾਲ ਆਪਣੇ ਪਰਿਵਾਰ ਤੋਂ ਦੂਰ ਅਮਰੀਕਾ ਚ ਸੈੱਟ ਹੋਣ ਲਈ ਬਿਤਾਏ। ਦੁਮਾਲਾ ਪਿੰਡ ਦਾ ਲਖਵਿੰਦਰ ਲੱਖਾ 14 ਸਾਲ ਪਹਿਲਾਂ ਆਪਣੇ ਘਰੋਂ ਰਵਾਨਾ ਹੋਇਆ ਸੀ, ਅਮਰੀਕਾ ਪਹੁੰਚ ਗਿਆ, ਉੱਥੇ ਵਿਆਹ ਵੀ ਕਰਵਾ ਲਿਆ, ਫਿਲੀਪੀਨ ਦੀ ਇੱਕ ਲੜਕੀ ਦੇ ਨਾਲ ਸ਼ਾਦੀ ਕਰਵਾ ਕੇ ਦੋ ਬੱਚੇ ਵੀ ਹੋ ਗਏ ਅਤੇ ਹੁਣ 14 ਸਾਲ ਬਾਅਦ ਉਸਦੇ ਘਰ ਵਾਪਸੀ ਹੋਣੀ ਸੀ, ਯਾਨੀ ਕਿ ਇਸ ਸਾਲ ਜਨਵਰੀ 'ਚ ਉਸਨੇ ਆਪਣੇ ਘਰ ਵਾਪਸ ਪਰਤਣਾ ਸੀ। ਪਰ ਉਸਦੀ ਵਾਪਸੀ ਤੱਕ ਕੀ ਹੋਣੀ ਸੀ, ਉਸ ਤੋਂ ਪਹਿਲਾਂ ਹੀ ਆ ਗਈ ਇੱਕ ਅਜਿਹੀ ਖਬਰ ਜਿਸ ਨੇ ਪੂਰਾ ਪਰਿਵਾਰ ਹਿਲਾ ਕੇ ਰੱਖ ਦਿੱਤਾ। ਸੰਦਿਗਧ ਹਾਲਾਤਾਂ ਦੇ ਵਿੱਚ ਉਸਦੀ ਉੱਥੇ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਉੱਥੇ ਟਰਾਲਾ ਚਲਾਉਂਦਾ ਸੀ, ਉਹ ਆਪਣੇ ਟਰਾਲੇ ਦੀਆਂ ਲਾਈਟਾਂ ਚੈੱਕ ਕਰ ਰਿਹਾ ਸੀ। ਇਸ ਦੌਰਾਨ ਇੱਕ ਗੱਡੀ ਨੇ ਉਸਨੂੰ ਫੇਟ ਮਾਰ ਦਿੱਤੀ, ਜਿਸ ਤੋਂ ਬਾਅਦ ਉਸਦੇ ਪ੍ਰਾਣ ਨਿਕਲ ਗਏ। ਇਸ ਗੱਲ ਦੀ ਖਬਰ ਜਦੋਂ ਉਸਦੇ ਘਰ ਪਹੁੰਚੀ ਤਾਂ ਉੱਥੇ ਕੋਹਰਾਮ ਮੱਚ ਗਿਆ। ਜਦੋਂ ਪਰਿਵਾਰ ਉਸਦਾ ਇੰਤਜ਼ਾਰ ਕਰ ਰਿਹਾ ਸੀ, ਉਹਨਾਂ ਹਾਲਾਤਾਂ 'ਚ ਅਜਿਹੀ ਖਬਰ ਆਵੇ ਤਾਂ ਘਰ ਵਾਲਿਆਂ 'ਤੇ ਕੀ ਵਾਪਰਨਾ ਸੀ, ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਤੁਸੀਂ ਆਪ ਹੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਸ ਪਰਿਵਾਰ ਦੇ ਵਿੱਚ ਸ਼ੋਕ ਦਾ ਆਲਮ ਛਾਇਆ ਹੈ। ਹਰ ਕੋਈ ਆਪਣੇ ਪੁੱਤ ਦੇ ਇੰਤਜ਼ਾਰ 'ਚ ਸੀ, ਕਿਉਂਕਿ 14 ਸਾਲ ਬਾਅਦ ਉਸਦੇ ਦੀਦਾਰ ਹੋਣੇ ਸੀ। ਉਸਦੀ ਭੈਣ ਦੀ ਤੜਪ ਵੀ ਤੁਸੀਂ ਵੇਖੀ, ਕਿਸ ਤਰੀਕੇ ਨਾਲ ਕਹਿ ਰਹੀ ਹੈ ਕਿ 14 ਸਾਲ ਹੋ ਗਏ ਨੇ ਵੀਰ ਦੀ ਸ਼ਕਲ ਨੂੰ ਦੇਖੇ, ਪਰ ਹੁਣ ਸ਼ਾਇਦ ਉਸਨੂੰ ਉਸਦੀ ਸ਼ਕਲ ਵੇਖਣੀ ਨਸੀਬ ਹੋਵੇ ਜਾਂ ਨਾ ਹੋਵੇ। ਇਸ ਗੱਲ ਨੂੰ ਲੈ ਕੇ ਵੀ ਪਰਿਵਾਰ ਪਸ਼ੋ ਪਸ਼ਚ ਹੈ, ਕਿਉਂਕਿ ਉਸਦੇ ਅੰਤਿਮ ਸੰਸਕਾਰ ਵਾਸਤੇ ਉਸਨੂੰ ਇੱਥੇ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ। ਪਰਿਵਾਰ ਨੇ ਵੀ ਗੁਹਾਰ ਲਗਾਈ ਹੈ ਕਿ ਸਰਕਾਰ ਉਹਨਾਂ ਦੀ ਮਦਦ ਕਰੇ। ਤੁਸੀਂ ਆਪ ਹੀ ਸੁਣ ਲਵੋ ਕੀ ਕਹਿ ਰਹੇ ਨੇ ਪਰਿਵਾਰ ਤੇ ਲੋ ਜੀ। ਕੋਈ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਸਾਡਾ ਬੇਟਾ ਜੋ ਕਿ ਮਤਲਬ ਉੱਥੇ ਆਪਣਾ ਟਰੈਕਟਰ ਚਲਾਉਂਦਾ ਸੀਗਾ, ਘਰੋਂ 2:30-3 ਵਜੇ ਨਾਲ ਗਿਆ। 3 ਘੰਟੇ ਗੱਡੀ ਚਲਾਉਣ ਤੋਂ ਬਾਅਦ ਆਪਣੀਆਂ ਲਾਈਟਾਂ ਲੂਟਾਂ ਸ਼ਾਮ ਦੇ ਟਾਈਮ ਦੀਆਂ ਚੈੱਕ ਕਰਨ ਲੱਗਾ ਵਾ, ਤੋਂ ਦੂਸਰੀ ਗੱਡੀ ਆ ਕੇ ਉਹਨੇ ਅਚਾਨਕ ਉਹਨੂੰ ਹਿੱਟ ਕੀਤਾ ਅਤੇ ਮੌਕੇ 'ਤੇ ਹੀ ਮੌਤ ਹੋ ਗਈ ਉਹਨਾਂ ਦੀ। ਹੁਣ ਸਾਡੀ ਪ੍ਰਸ਼ਾਸਨ ਅੱਗੇ ਇਹ ਬੇਨਤੀ ਆ, ਸਾਡੀ ਜੋ ਵੀ ਮਦਦ ਕਰ ਸਕਦੇ ਆ ਮਦਦ ਕਰਨ, ਅਸੀਂ ਉਹਨਾਂ ਦੀ ਡੈੱਡ ਬੋਡੀ ਨੂੰ ਜਾਂ ਉਹਦੇ ਪਰਿਵਾਰ ਨੂੰ ਇੱਥੇ ਲੈ ਕੇ ਆ ਸਕੀਏ। ਬਾਕੀ ਜੋ ਪਾਣਾ ਰੱਬ ਦਾ ਵਰਤ ਗਿਆ, ਅਸੀਂ ਉਹਦੇ ਨਾਲ ਮਿਲ ਸਕਦੇ ਹਾਂ, ਕਰ ਕੁਛ ਨਹੀਂ ਸਕਦੇ। ਕਿਹੜੀ ਜਗ੍ਹਾ ਰਹਿੰਦੇ ਤੁਸੀਂ? ਸ਼ਟਲ ਰਹਿੰਦੇ ਸੀ ਸਰ, ਸ਼ਟਲ ਸ਼ਟਲ ਦੇ ਵਿੱਚ। ਉਹਨਾਂ ਨੂੰ 2008 ਤੋਂ ਗਏ ਹੋਏ ਆ, ਹੁਣ 2008 ਤੋਂ ਜਾਣ ਤੋਂ ਬਾਅਦ ਪਹਿਲਾਂ ਦੂਸਰੇ ਕਿਸੇ ਟਾਊਨ 'ਚ ਸੀਗੇ, ਹੁਣ ਤਕਰੀਬਨ 5-6 ਸਾਲ ਤੋਂ ਉੱਥੇ ਸ਼ਟਲ 'ਚ ਹੀ ਰਹਿ ਰਹੇ ਸੀ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ ਐਮ ਕੇ ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ ਐਮ ਕੇ ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 9773995956।